ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਦੇ ਮੌਕੇ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਪਬਲਿਸ਼ਰ ਪਹੁੰਚੇ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਹੈ ਤਾਂ ਅਜੇ ਹੀ ਪ੍ਰਦਰਸ਼ਨੀ ਦੇ ਲਈ ਗੱਲਬਾਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਵਿਵੇਕਗੜ੍ਹ ਪ੍ਰਕਾਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਿੰਦਰ ਭਾਈ ਜੀ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਭਾਈ ਜੀ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਕਿ ਲੋਕ ਵੀ ਪਹੁੰਚ ਰਹੇ ਆਂ ਔਰ ਪ੍ਰਦਰਸ਼ਨੀ ਵੀ ਵੱਡੇ ਪੱਧਰਾਂ ਤੇ ਲੱਗੀ ਹੈ ਕੀ ਕਹਿਣਾ ਚਾਹ ਰਹੇ ਬਦਲਾਵ ਹੈ ਦੇਖੋ ਸਿੱਖਾਂ ਦੇ ਵੱਲੋਂ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਗੁਰੂ ਦੇ ਸਿੱਖ ਗੁਰੂ ਦੇ ਸ਼ਹੀਦਾਂ ਦੀ ਯਾਦ ਨੂੰ ਸੰਬੰਧਿਤ ਪੁਰਬ ਮਨਾਏ ਜਾਂਦੇ ਆ ਉਹਨਾਂ ਪੁਰਬਾਂ ਦੇ ਤਹਿਤ ਹੀ ਜਿਵੇਂ ਉਸ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਆਂ ਫਤੀਗੜ ਸਾਹਿਬ ਦੀ ਪਾਵਨ ਧਰਤੀ ਤੇ ਸ਼ਹੀਦੀ ਜੋੜ ਮੇਲੇ ਲੱਗਦਾ ਹੈ ਇਹ ਆਏ ਸਾਲ ਜੋੜ ਮੇਲਾ ਲੱਗਦਾ ਇੱਥੇ ਸੰਗਤਾਂ ਵੱਖ-ਵੱਖ ਥਾਵਾਂ ਤੋਂ ਪਹੁੰਚ ਕਰਕੇ ਜਿਸ ਤਰ੍ਹਾਂ ਦੀ ਵੀ ਉਹਨਾਂ ਦੀ ਮਨੋ ਭਾਵਨਾ ਹੁੰਦੀ ਉਸ ਤਰ੍ਹਾਂ ਸੇਵਾ ਕਰਦੀਆਂ ਨੇ ਤਾਂ ਉਸੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਇਤਕੀ ਪਹਿਲਾ ਉਪਰਾਲਾ ਕੀਤਾ ਹੈ ਜਿੱਥੇ ਉਹਨਾਂ ਨੇ ਸੰਗਤਾਂ ਨੂੰ ਸਿੱਖ ਸਾਹਿਤ ਦੇ ਨਾਲ ਸਿੱਖ ਪਰੰਪਰਾ ਸਿੱਖ ਰਵਾਇਤ ਦੇ ਨਾਲ ਸੰਬੰਧਿਤ ਇਤਿਹਾਸ ਦੀਆਂ ਕਿਤਾਬਾਂ ਦੇ ਜੋੜਨ ਦੇ ਲਈ ਆਪਣੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਇਸ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਇਹ ਵੱਡੇ ਪੱਧਰ ਤੇ ਇਤਕੀ ਪਹਿਲੀ ਪੁਸਤਕ ਪ੍ਰਦਰਸ਼ਨੀ ਲਗਾਈ ਆ ਜਿੰਦੇ ਵਿੱਚ ਇੱਥੇ 30 ਤੋਂ ਵੱਧ ਜਿਹੜੇ ਪਬਲਿਸ਼ਰ ਨੇ ਉਹ ਵੱਖ-ਵੱਖ ਥਾਵਾਂ ਤੋਂ ਆਏ ਨੇ ਤਾਂ ਸਿਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਗੁਬੇਗੜ ਪ੍ਰਕਾਸ਼ਨ ਇੱਥੇ ਇਸ ਪੁਸਤਕ ਮੇਲੇ ਦੇ ਵਿੱਚ ਪੁਸਤਕ ਪ੍ਰਦਰਸ਼ਨੀ ਲਈ ਆਏ ਆ। ਨਵੀਂ ਕਿਹੜੀ ਤੁਹਾਡੀ ਜਿਹੜੀ ਇੱਕ ਕਿਤਾਬ ਆਈ ਹੈ। ਅ ਇਸ ਵਕਤ ਇਸ ਮਹੀਨੇ ਜੋ ਸਿੱਖ ਸ਼ਹਾਦਤ ਰਸਾਲਾ ਤ੍ਰਿਮਾਸਿਕ ਰਸਾਲਾ ਹੈ ਇਹ ਆਈ 3 ਮਹੀਨਿਆਂ ਬਾਅਦ ਇਹ ਰਸਾਲਾ ਆਈ ਕੱਢਿਆ ਜਾਂਦਾ ਵਾ। ਉਹ ਇਸ ਵਕਤ ਨਾ ਆਇਆ ਉਸ ਤੋਂ ਇਲਾਵਾ ਤਾਰਿਆਂ ਦੇ ਦੇਸ਼ ਤੇ ਮਖਦੂਮ ਇਹ ਦੋ ਕਿਤਾਬਾਂ ਤਵਾਰਿਕ ਸਾਕਾਸਰੀ ਪੰਜਾ ਸਾਹਿਬ ਜਿਹੜੀਆਂ ਇਸ ਮਹੀਨੇ ਜਾਰੀ ਹੋਈਆਂ ਨੇ ਇਹਨਾਂ ਦਾ ਕਿਵੇਂ ਵੀ ਵਾਕੀ ਲੋਕ ਖਰੀਦ ਰਹੇ ਨੇ ਇਹਨਾਂ ਨੂੰ ਬਿਲਕੁਲ ਜੀ ਲੋਕ ਇਹ ਇਤਿਹਾਸ ਦੇ ਨਾਲ ਗੁਰੂ ਪਰੰਪਰਾ ਦੇ ਨਾਲ ਗੁਰੂ ਦੀ ਗੱਲ ਨੂੰ ਸੁੰਨਣਾ ਚਾਹੁੰਦੇ ਨੇ ਉਹਦੇ ਬਾਰੇ ਜਾਨਣਾ ਚਾਹੁੰਦੇ ਨੇ ਤਾਂ ਉਹਦੇ ਲਈ ਸੰਗਤ ਆਉਂਦੀ ਆ ਤਾਂ ਉਹ ਕਿਤਾਬਾਂ ਨੂੰ ਦੇਖਦੀ ਆ ਤੇ ਬਹੁਤ ਜ਼ਿਆਦਾ ਖਰੀਦਦੀ ਆ ਖਾੜਕੂ ਸੰਰਸ਼ ਦੀ ਸਾਖੀ ਇਸ ਸਟਾਲ ਤੇ ਸਭ ਤੋਂ ਜ਼ਿਆਦਾ ਸੰਗਤ ਦੇ ਵੱਲੋਂ ਜਿਹੜੀ ਲਈ ਜਾਣ ਵਾਲੀ ਇਹ ਕਿਤਾਬ ਆ ਜਿਸ ਦੇ ਵਿੱਚ ਖਾੜਕੂ ਸੰਰਸ਼ ਦੇ ਜਿਹੜੇ ਉਹ ਸਿੱਖ ਜਾਂ ਉਹ ਯੋਧੇ ਸੀ ਜਿਹੜੇ ਸਿੱਧਕੀ ਸੀ ਜਿਹੜੇ ਅਨਜਾਨੇ ਗਏ ਨੇ ਜਿਹੜੇ ਨੰਗੌਲੇ ਨੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜਿਹੜੀ ਉਹਨਾਂ ਦੀ ਗਾਥਾ ਨੂੰ ਇਹ ਬਿਆਨ ਕਰਦੀ ਕਿਤਾਬ ਆ ਅੱਛਾ ਕਿਸੇ ਸਰੋਤੇ ਸਾਡੇ ਨੇ ਜੇਕਰ ਕਿਤਾਬ ਇਸ ਇਹਨਾਂ ਚੋਂ ਮੰਗਵਾਣੀ ਹੋਵੇ ਤੇ ਕੀ ਪ੍ਰੋਸੈਸ ਕੀ ਹੈਗਾ ਜੇਕਰ ਕਿਸੇ ਸਰੋਤੇ ਨੇ ਕਿਤਾਬ ਮੰਗਵਣੀ ਹੋਵੇ ਤਾਂ ਉਹ ਸਾਡੀ ਜਿਹੜੀ ਵੈਬਸਾਈਟ www.bavegadpublication.com ਉਸ ਤੋਂ ਜਾ ਕੇ ਆਰਡਰ ਕਰ ਸਕਦਾ ਹੈ ਜਾਂ ਸਾਡੇ ਫੇਸਬੁੱਕ ਟਵਿੱਟਰ ਅਤੇ ਇੰਸਟਾਗ੍ਰam ਸਫੇਤੇ ਬਵੇਗੜ ਪਬਲਿਕੇਸ਼ਨ ਦੇ ਨਾਂ ਤੇ ਸਫਾ ਉਸ ਤੋਂ ਵੀ ਮੰਗਵਾ ਸਕਦਾ ਵਾ ਇਸ ਤੋਂ ਇਲਾਵਾ ਉਹ ਸਾਡਾ ਇੱਕ QR ਕੋਡ ਹੈ ਉਸ ਨੂੰ ਸਕੈਨ ਕਰਕੇ ਜਿਹੜਾ ਉੱਥੇ ਕੈਟਾਲਾਗ ਆ ਜਾਂਦਾ ਵਾ WhatsApp ਤੋਂ ਉੱਥੋਂ ਹੀ ਸੁਨੇਹਾ ਭੇਜ ਕੇ ਮੰਗਵਾ ਸਕਦੇ ਨੇ ਇਹਨਾਂ ਦਾ ਕੋਈ ਮੋਬਾਈਲ ਦੇ ਵਿੱਚ ਰੱਖਣ ਨੂੰ ਵੀ PDF ਤਿਆਰ ਕਿਤੇ ਜਾਂਦੇ ਜਾਂ ਫਿਰ ਸਿਰਫ ਕਿਤਾਬਾਂ ਹੀ ਪਬਲਿਸ਼ ਹੁੰਦੀਆਂ ਨੇ ਇਹ ਕਿਤਾਬਾਂ ਹੀ ਪਬਲਿਸ਼ ਹੁੰਦੀਆਂ ਜੀ ਹਜੇ ਹੋਰ तमाम ਜਾਣਕਾਰੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਜਿਸ ਹਿਸਾਬ ਦੇ ਨਾਲ ਅੱਜ ਕੱਲ ਦੀ ਜਵਾਨੀ ਜਿਹੜੀ ਮੋਬਾਈਲਾਂ ਦੇ ਵਿੱਚ ਰੁਝੀ ਹੋਈ ਹੈ ਕਿਤਾਬਾਂ ਦਾ ਉਹ ਸ਼ਾਇਦ ਨਹੀਂ ਦੌਰ ਰਿਹਾ ਹੁਣ ਜਾਂ ਫਿਰ ਆ ਰਿਹਾ ਦੁਬਾਰਾ ਤੋਂ ਕ੍ਰੇਜ਼ ਹੌਲੀ ਹੌਲੀ ਵੱਧ ਰਿਹਾ ਹੈ ਕੀ ਕਹਿਣਾ ਚਾਹੋਗੇ ਨਹੀਂ ਬਿਲਕੁਲ ਇਹ ਬਹੁਤ ਲੰਮੇ ਸਮੇਂ ਤੋਂ ਗੱਲ ਕਹੀ ਜਾਂਦੀ ਹੈ ਕਿ ਜਵਾਨੀ ਆ ਉਹ ਕਿਤਾਬਾਂ ਨਹੀਂ ਪੜ ਰਹੀਗੀ ਪਰ ਐਸੀ ਕੋਈ ਗੱਲ ਨਹੀਂਗੀ ਪਿਛਲੇ ਅਸੀਂ 3 ਦਿਨ ਤੋਂ ਇੱਥੇ ਲਗਾਤਾਰ ਜਿਹੜੀ ਆਪਣੀ ਪੁਸਤਕ ਪ੍ਰਦਰਸ਼ਨੀ ਲਗਾ ਰਹੇ ਹਾਂ ਤਾਂ ਜ਼ਿਆਦਾਤਰ ਜਿਹੜਾ ਸਿੱਖ ਨੌਜਵਾਨ ਨੇ ਨੌਜਵਾਨ ਉਮਰ ਦੇ ਜਿਹੜੇ ਬੰਦੇ ਨੇ ਉਹ ਆ ਕਰਕੇ ਇੱਥੇ ਕਿਤਾਬਾਂ ਖਰੀਦ ਰਹੇ ਨੇ ਪੜ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਕਿਤਾਬਾਂ ਤੇ ਵਿਚਾਰ ਚਰਚਾ ਕਰ ਰਹੇ ਨੇ ਮਤਲਬ ਖੜਕੂ ਸੰਘਰਸ਼ ਦੀ ਸਾਕੀ ਦੇ ਬਾਰੇ ਸੰਤ ਜਰਨੈਲ ਸਿੰਘ ਜੀ ਹੋਣਾ ਦੀ ਸ਼ਹਾਦਤ ਦੇ ਬਾਰੇ ਇਹ ਸਾਰੇ ਵਿਸ਼ਿਆਂ ਤੇ तमाम ਵਿਸ਼ਿਆਂ ਤੇ ਤੀਜਾ ਕੱਲੂ ਕਹਾ ਰਾ ਜਾਂ ਜਿਹੜੀਆਂ ਸਾਡੇ ਇਹਦੂ ਜਿਨ੍ਹਾਂ ਜਿਨ੍ਹਾਂ ਦੀ ਅਸੀਂ ਇਤਿਖੀ ਸ਼ਤਾਬਦੀ ਮਨਾ ਰਹੇ ਹਾਂ ਤਵਾਰਿਖ ਸਾਕਾ ਸ੍ਰੀ ਪੰਜਾ ਸਾਹਿਬ ਗੁਰੂ ਕੇ ਬਾਗ ਦੀ ਜਿਹੜੀ ਅਸੀਂ ਸ਼ਤਾਬਦੀ ਮਨਾ ਰਹੇ ਹਾਂ ਇਸ ਤੋਂ ਇਲਾਵਾ ਹੁਣ ਸਾਕਾ ਨਨਕਾਣਾ ਸਾਹਿਬ ਦੀ ਉਹਨਾਂ ਵਿਸ਼ਿਆਂ ਦੇ ਨਾਲ ਇਤਿਹਾਸ ਦੇ ਉਹਨਾਂ ਤੱਥਾਂ ਦੇ ਨਾਲ ਉਹਨਾਂ ਪਲਾਂ ਦੇ ਬਾਅਦ ਤੇ ਜਿਹੜੀ ਉਹ ਗੱਲਬਾਤ ਵੀ ਕਰ ਰਹੇ ਨੇ ਬਿਲਕੁਲ ਇਹ ਦਿਖ ਰਹੇ ਹੋ ਤੁਸੀਂ ਵੀ ਇੱਕ ਸਿੱਖ ਸ਼ਹਾਦਤ ਜੋ ਇੱਕ ਸਾਲ ਦੇ ਵਿੱਚ ਤਿੰਨ ਵਾਰ ਛਾਪੀ ਜਾਂਦੀ ਹੈ ਔਰ ਤਿਮਾਹੀ ਇਹ ਆਂਦੀ ਹੈ ਇੱਕ ਐਡੀਸ਼ਨ ਜਿਹੜਾ ਹੈਗਾ ਅਕਤੂਬਰ ਤੋਂ ਸਤੰਬਰ ਦਾ ਹੈਗਾ ਹੈ ਔਰ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਵਿਵੇਕਗੜ੍ਹ ਪ੍ਰਕਾਸ਼ਨ ਹੈ ਔਰ ਜਿਵੇਂ ਬਾਈ ਹੋਰਾਂ ਨੇ ਦੱਸਿਆ ਔਰ ਲਿੰਕ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਤੋਂ ਉਹ ਚੀਜ਼ਾਂ ਵੀ ਮਿਲ ਪਾਂਦੀਆਂ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਜੋ ਬਰੀਕੀਆਂ ਹੁੰਦੀਆਂ ਨੇ ਉਹਨਾਂ ਨੂੰ ਬਰੀਕੀਆਂ ਨੂੰ ਖੰਘਾਲ ਕੇ ਤੱਥਾਂ ਦੇ ਆਧਾਰ ਦੇ ਉੱਪਰ ਇਹ ਜਿਹੜੀ ਪ੍ਰਕਾਸ਼ਨ ਹੁੰਦੀ ਹੈ ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਇਸ ਨੂੰ ਫੋਲੋ ਕਰ ਸਕਦੇ ਹੋ